Hey friends, welcome to my channel. This name is Simran Punjabi. This channel ਮੈਂ ਖਾਸ ਤੌਰ ਤੇ ਪੰਜਾਬੀ ਦੇ ਸਟੂਡੈਂਟ ਲਈ ਬਣਾਇਆ ਜੋ ਐਂਟੀ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ। ਇੱਥੇ ਆ ਕੇ ਆਪਣੇ ਐਗਜ਼ਾਮ ਦੀ ਤਿਆਰੀ ਕਰ ਸਕਦੇ ਨੇ। ਇੱਥੇ ਮੈਂ ਤੁਹਾਨੂੰ ਡਿਫਰੈਂਟ ਟਾਈਪ ਦੀ ਇਨਫੋਰਮੇਸ਼ਨ ਪ੍ਰੋਵਾਈਡ ਕਰਵਾ ਰਹੀ ਹਾਂ ਜੋ ਤੁਹਾਡੇ ਐਗਜ਼ਾਮ ਵਾਸਤੇ ਜ਼ਰੂਰੀ ਹੈ। ਸੋ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਨਾਲ ਦੇ ਨਾਲ ਬੈਲ ਆਈਕਨ ਨੂੰ ਜ਼ਰੂਰ ਦਬਾ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਨਾਲ ਦੇ ਨਾਲ ਤੁਸੀਂ ਲਾਈਕ ਜ਼ਰੂਰ ਕਰੋ, ਵੀਡੀਓਜ਼ ਨੂੰ ਸ਼ੇਅਰ ਕਰੋ, ਕਮੈਂਟ ਕਰਕੇ ਦੱਸੋ। ਇਸ ਤੋਂ ਇਲਾਵਾ ਤੁਸੀਂ ਮੈਨੂੰ ਅਨਅਕੈਡਮੀ ਲਰਨਿੰਗ ਪਲੇਟਫਾਰਮ ਉੱਤੇ ਜਾ ਕੇ ਫੋਲੋ ਕਰ ਸਕਦੇ ਹੋ। ਉੱਥੇ ਕਾਫੀ ਜ਼ਿਆਦਾ ਕੋਰਸ ਚੱਲਦੇ ਪਏ ਨੇ, ਸੋ ਉੱਥੇ ਜਾ ਕੇ ਮੇਰੇ ਕੋਰਸ ਤੁਸੀਂ ਇੰਜੋਏ ਕਰ ਸਕਦੇ ਹੋ। ਅੱਜ ਦਾ ਟੋਪਿਕ ਜਿਹੜਾ ਹੈਗਾ ਵਾ ਸਾਡੇ ਸਾਹਿਤ ਵਾਲਾ ਹੀ ਚੱਲਦਾ ਪਿਆ, ਜਿਸ ਦੇ ਵਿੱਚ ਅੱਜ ਅਸੀਂ ਉੱਤਰ ਆਧੁਨਿਕਤਾ ਵਾਲਾ ਟੋਪਿਕ ਹੈਗਾ ਵਾ ਉਸਦਾ ਜਿਹੜਾ ਲਾਸਟ ਪਾਰਟ ਹੈ ਉਸਦੇ ਬਾਰੇ ਕਰਨ ਜਾ ਰਹੇ ਹਾਂ। ਸੋ ਉੱਤਰ ਆਧੁਨਿਕਤਾ ਦੇ ਜਿਹੜੇ ਮੂਲ ਪਛਾਣ ਚਿੰਨ੍ਹ ਕਿਹੜੇ ਹੈਗੇ ਆ ਉਹਨਾਂ ਬਾਰੇ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ। ਸੋ ਉੱਤਰ ਆਧੁਨਿਕਤਾ ਦੇ ਵਿਰੋਧ ਵਜੋਂ ਹੋਂਦ ਵਿੱਚ ਆਈ ਹੈ, ਯਾਨੀ ਕਿ ਉੱਤਰ ਆਧੁਨਿਕਤਾ ਕੀ ਹੈਗੀ ਆ, ਵਿਰੋਧ ਦੇ ਵਜੋਂ ਆਈ ਆ, ਕਿਉਂਕਿ ਆਧੁਨਿਕਤਾ ਵਿੱਚ ਕੁਝ ਜਿਹੜੇ ਟੋਪਿਕਸ ਹੈਗੇ ਸੀ, ਕੁਝ ਜਿਹੜੇ ਹੈਗੇ ਸੀ ਉਸਦੇ ਵਿੱਚ ਵੀ ਥੋੜੀਆਂ ਗਲਤ ਫਹਿਮੀਆਂ ਹੈਗੇ ਸੀ ਜਿਨ੍ਹਾਂ ਨੂੰ ਦੂਰ ਕਰਨਾ ਸੀ, ਜੋ ਕਿ ਉੱਤਰ ਆਧੁਨਿਕਤਾ ਦੇ ਵਿੱਚ ਕੀਤੀਆਂ ਗਈਆਂ ਸੀ। ਆਧੁਨਿਕ ਤਕਨੀਕੀ ਕਾਢਾ ਸਹਾਰੇ ਕੀ ਹੈਗਾ ਸੀ, ਵਿਗਿਆਨਿਕ ਤਰਕ ਨੂੰ ਆਪਣੇ ਅੰਦਰ ਧਾਰਨ ਕਰਕੇ ਸਰਵ ਸੰਪੰਨ ਅਨੁਭਵ ਕਰਨਾ ਚਾਹੁੰਦਾ ਸੀ, ਪਰੰਤੂ ਪੂੰਜੀਵਾਦ ਦੀ ਸਾਮਰਾਜੀ ਦੌੜ ਨੇ ਵਿਕਸਿਤ ਦੇਸ਼ਾਂ ਅੰਦਰ ਕੀ ਹੈਗਾ ਸੀ, ਵਿਸ਼ਵ ਮੰਡੀ ਉੱਪਰ ਕਾਬਜ਼ ਹੋਣ ਦੀ ਜਿਹੜੀ ਲਾਲਸਾ ਪੈਦਾ ਕਰ ਦਿੱਤੀ ਸੀ। ਸੋ ਆਧੁਨਿਕਤਾ ਵਿੱਚ ਅਸੀਂ ਕੀ ਸੋਚਿਆ ਸੀ ਜ਼ਿਆਦਾਤਰ, ਕਿ ਸਾਡੇ ਕੋਲ ਤਕਨੀਕਾਂ ਆਉਣਗੀਆਂ, ਅਸੀਂ ਕੀ ਹੈਗਾ ਵਾ ਤਕਨੀਕਾਂ ਦੇ ਸਹਾਰੇ ਬਹੁਤ ਕੁਛ ਸਵਾਰ ਸਕਾਂਗੇ, ਜ਼ਿਆਦਾਤਰ ਜਿਹੜੀ ਹੈਗੀ ਸੀ ਅਸੀਂ ਇਸਨੂੰ ਗਰੀਬਾਂ ਦੇ ਜਿਹੜੇ ਹਿੱਤ ਵਾਸਤੇ ਹੀ ਵਰਤਣਾ ਹੈਗਾ ਸੀ। ਪਰ ਉਸ ਸਮੇਂ ਕੀ ਹੈਗਾ ਸੀ ਕਿ ਇਸਨੂੰ ਪੂੰਜੀਵਾਦ ਦੇ ਦੌਰ ਦੇ ਵਜੋਂ ਵੀ ਇੱਕ ਤਰ੍ਹਾਂ ਨਾਲ ਅਸੀਂ ਦੇਖਿਆ ਜਾਣ ਲੱਗਾ ਉਸ ਸਮੇਂ, ਕਿ ਪੂੰਜੀਵਾਦ ਦੀ ਜ਼ਿਆਦਾਤਰ ਦੌੜ ਹੈਗੀ ਸੀ ਪੈਸਾ ਕਮਾਉਣਾ ਸੀ, ਅਤੇ ਉਸ ਸਮੇਂ ਜਿਹੜੀਆਂ ਆਧੁਨਿਕ ਤਕਨੀਕਾਂ ਯੂਜ਼ ਕੀਤੀਆਂ ਗਈਆਂ ਜ਼ਿਆਦਾਤਰ ਔਰ ਜਿਹੜੇ ਅਮੀਰ ਹੈਗੇ ਸੀ ਉਹਨਾਂ ਦੇ ਹੱਥਾਂ ਦੇ ਵਿੱਚ ਫੇਰ ਚਲੀਆਂ ਗਈਆਂ, ਜਿਸਦੇ ਕਾਰਨ ਕੀ ਹੈਗਾ ਸੀ ਇਸਦੇ ਵਿੱਚ ਕੀ ਸੀ ਜ਼ਿਆਦਾਤਰ ਗੜਬੜ ਹੋ ਗਈ, ਅਤੇ ਸੰਸਾਰ ਕੀ ਹੈਗਾ ਸੀ ਇੱਕ ਵਿਸ਼ਵ ਮੰਡੀ ਜਿਹੜਾ ਹੈਗਾ ਸੀ, ਕਿ ਅਸੀਂ ਹੁਣ ਅੱਜ ਕੱਲ੍ਹ ਵੀ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਹੈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਕੀ ਹੈਗਾ ਵਾ ਉੱਪਰ ਉੱਠਣਾ ਹੈਗਾ ਵਾ, ਇਕਨੋਮਿਕ ਵੇ ਦੇ ਵਿੱਚ ਸਾਡੀ ਇਕੋਨਮੀ ਸਭ ਤੋਂ ਬੈਸਟ ਹੋਣੀ ਚਾਹੀਦੀ ਹੈ। ਸੋ ਉਹ ਵੀ ਉਸ ਉਦੋਂ ਵੀ ਇਹੋ ਚੀਜ਼ਾਂ ਹੈਗੀ ਸੀ, ਬਟ ਉੱਤਰ ਆਧੁਨਿਕਤਾ ਜਿਹੜਾ ਇਸਦੇ ਵਿਰੋਧ ਵਜੋਂ ਉੱਠੀ ਹੈਗੀ ਸੀ, ਇਸ ਕਰਕੇ ਕੀ ਹੈਗਾ ਸੀ ਉੱਤਰ ਆਧੁਨਿਕਤਾ ਹੋਂਦ ਵਿੱਚ ਆਈ ਸੀ। ਇਸ ਦੇ ਸਿੱਟੇ ਵਜੋਂ ਕੀ ਹੈਗਾ ਵਾ ਪੂੰਜੀਵਾਦ ਦੇ ਵਿਰੋਧ ਵਜੋਂ ਜਿਹੜਾ ਹੈਗਾ ਵਾ ਫਾਂਸੀਵਾਦ ਨੇ ਜਿਹੜਾ ਜਨਮ ਲਿਆ ਸੀ, ਜਿਸ ਦਾ ਨਤੀਜਾ ਕੀ ਹੈਗਾ ਸੀ ਵਿਸ਼ਵ ਯੁੱਧਾਂ ਦਾ ਹੋਣਾ ਸਾਹਮਣੇ ਹੋਇਆ ਸੀ, ਜਿਸਦੇ ਕਾਰਨ ਕੀ ਹੈਗਾ ਸਾਨੂੰ ਵੇਖਣ ਨੂੰ ਮਿਲਿਆ ਫਸਟ ਵਰਲਡ ਵਾਰ, ਫਿਰ ਉਸ ਤੋਂ ਬਾਅਦ ਸ਼ੀਤ ਯੁੱਧ ਵੀ ਵੇਖਣ ਨੂੰ ਮਿਲਿਆ, ਫਿਰ ਸੈਕਿੰਡ ਵਰਲਡ ਵਾਰ ਵੀ ਆ ਗਏ। ਤੋ ਇਹ ਜਿਹੜਾ ਹੈਗਾ ਸੀ ਅਸੀਂ ਆਪਣੇ ਹੀ ਜਿਹੜੇ ਹੈਗੇ ਸੀ ਪੈਰਾਂ ਤੇ ਕੁਲਹਾੜੀ ਮਾਰੀ ਜਾਣੇ ਸੀ। ਇਸ ਭਿਅੰਕਰ ਤਬਾਹੀ ਨੇ ਕੀ ਸੀ ਆਧੁਨਿਕਤਾਵਾਦੀ ਮਨੁੱਖ ਦੇ ਜਿਹੜੇ ਹੈਗੇ ਸੀ ਸੁਪਨੇ, ਇਸ ਤੋਂ ਇਲਾਵਾ ਉਸਦੇ ਸਾਰੇ ਚੱਕਣਾ ਚੂਰ ਕਰਕੇ ਰੱਖ ਦਿੱਤੇ ਦੇ ਆਧੁਨਿਕਤਾ ਨੇ ਕੀ ਸੀ ਮਨੁੱਖੀ ਸੁਖਨਮਈ ਮਹਾਂਬਿਰਤਾਂਤੀ ਧਾਰਾ ਸੰਦੇਹੀ ਨਜ਼ਰ ਨਾਲ ਦੇਖੇ ਜਾਣ ਲੱਗੀ ਸੀ। ਇਸ ਤੋਂ ਬਾਅਦ ਹੀ ਉੱਤਰ ਆਧੁਨਿਕਤਾ ਜਿਹੜੀ ਜਿਹੜੀ ਫਲਸਫਾ ਸਾਹਮਣੇ ਆਉਂਦਾ ਹੈ, ਕਿ ਉਸ ਸਮੇਂ ਜਦੋਂ ਅਸੀਂ ਫਸਟ ਵਰਲਡ ਵਾਰ ਸੈਕਿੰਡ ਵਰਲਡ ਵਾਰ ਦੇਖ ਲਿਆ ਤਾਂ ਸਾਨੂੰ ਫਿਰ ਕੀ ਹੈਗਾ ਇਹ ਸਮਝ ਆਉਣ ਲੱਗ ਪਈ ਕਿ ਜਿਹੜੇ ਆਧੁਨਿਕਤਾ ਹੈਗੀ ਆ ਉਸਨੇ ਜਿਹੜੇ ਸਾਨੂੰ ਸੁਪਨੇ ਦਿਖਾਏ ਸੀ ਉਹ ਜਿਹੜੇ ਚੱਕਣਾ ਚੂਰ ਹੋਣੇ ਸ਼ੁਰੂ ਹੋ ਗਏ ਉਹ ਸਹੀ ਨਹੀਂ ਹੈ। ਇਸਦੇ ਕਾਰਨ ਕੀ ਹੈ ਜਿਹਨਾਂ ਲੋਕਾਂ ਦੇ ਸਮਝ ਦੇ ਵਿੱਚ ਆਈ ਉਹਨਾਂ ਨੇ ਉੱਤਰ ਆਧੁਨਿਕਤਾ ਜਿਹੜਾ ਦੌਰ ਫੜਿਆ ਸੀ। ਉੱਤਰ ਆਧੁਨਿਕ ਯੁੱਗ ਵਿੱਚ ਕੀ ਹਰ ਵਸਤੂ ਦਾ ਮੰਡੀਕਰਨ ਕਰ ਦਿੱਤਾ ਗਿਆ ਸੀ, ਤੇ ਇਸ ਕਾਰਜ ਲਈ ਸਭ ਤੋਂ ਵੱਡਾ ਮਾਧਿਅਮ ਕੀ ਹੈਗਾ ਸੀ ਮੀਡੀਆ ਹੈਗਾ ਸੀ, ਜਿਸਨੇ ਵਿਗਿਆਪਨਾਂ ਤੇ ਹੋਰ ਵਿਭਿੰਨ ਸੰਚਾਰਾਂ ਦੁਆਰਾ ਮਨੁੱਖ ਅਤੇ ਉਸਦੀ ਸੋਚ ਪਸੰਦ ਉੱਪਰ ਕੀ ਹੈਗਾ ਸੀ ਕਬਜ਼ਾ ਕਰ ਲਿਆ ਸੀ। ਇਹ ਮੀਡੀਆ ਆਪਣੇ ਲਾਭ ਲਈ ਇੱਕੋ ਸਟੇਜ ਉੱਪਰ ਹੀ ਹਰ ਪ੍ਰਕਾਰ ਦੇ ਗਿਆਨ ਨੂੰ ਕੇ ਦਿਖਾਉਣਾ ਹੈ।
ਫਸਟ ਸਾਡੇ ਕੋਲ ਇਹ ਆ ਜੇ ਆ ਗਿਆ 21ਵੀਂ ਸਦੀ ਦੇ ਵਿੱਚ ਜਦੋਂ ਉੱਤਰ ਆਧੁਨਿਕ ਆ ਗਿਆ ਕਿ ਸਭ ਤੋਂ ਪਹਿਲਾਂ ਸਾਡੇ ਕੋਲ ਮੀਡੀਆ ਆਇਆ। ਮੀਡੀਆ ਨੇ ਕੀ ਹੈਗਾ ਸੀ ਉਸ ਸਮੇਂ ਕੀ ਹੈਗਾ ਸੀ ਕਿ ਜਿਹੜੇ ਪਰਸਨ ਹੈਗੇ ਸੀ ਉਹ ਜ਼ਿਆਦਾ ਸਾਡੀ ਥਿੰਕਿੰਗ ਵੀ ਇੰਨੀ ਜ਼ਿਆਦਾ ਨਹੀਂ ਹੈਗੀ ਸੀ, ਅਸੀਂ ਸਾਡੀ ਸੋਚ ਵੀ ਥੋੜੀ ਸੰਕੋਚੀ ਗਈ ਸੀ ਉਸ ਸਮੇਂ। ਤੋ ਜਦੋਂ ਮੀਡੀਆ ਆਇਆ, ਮੀਡੀਆ ਨੇ ਸਾਨੂੰ ਦੂਰ ਦੂਰ ਤੱਕ ਫੈਲਾਇਆ, ਸਾਨੂੰ ਕੁਝ ਚੀਜ਼ਾਂ ਸਮਝ ਆ ਗਿਆ। ਫਿਰ ਜਿਸ ਤਰ੍ਹਾਂ ਹੁਣ ਮੀਡੀਆ ਦੇ ਥਰੂ ਸਾਨੂੰ ਲਾਅ ਵਗੈਰਾ ਵੀ ਸਮਝ ਆਉਣ ਲੱਗ ਪਏ ਕਿ ਸਾਡੇ ਵਾਸਤੇ ਕੀ ਬਣਾਇਆ ਗਿਆ, ਜਿਸਦੇ ਕਾਰਨ ਅਸੀਂ ਆਪਣੇ ਹੱਕ ਵਾਸਤੇ ਆਵਾਜ਼ ਚੁੱਕੀ। ਇਸ ਤੋਂ ਇਲਾਵਾ ਕੀ ਹੈਗਾ ਸੀ ਉਸ ਸਮੇਂ ਜਦੋਂ ਸਾਨੂੰ ਪਸੰਦ, ਸਾਡੀ ਨਾ ਪਸੰਦ ਵੀ ਬਦਲਣੀ ਸ਼ੁਰੂ ਹੋ ਗਈ, ਸਾਨੂੰ ਪਤਾ ਲੱਗ ਗਿਆ ਸਾਨੂੰ ਕੀ ਚਾਹੀਦਾ ਹੈਗਾ ਵਾ, ਜਿਸਦੇ ਕਾਰਨ ਕੀ ਹੈਗਾ ਵਾ ਅਸੀਂ ਡਾਇਰੈਕਟ ਵੇ ਦੇ ਵਿੱਚ ਜਾ ਕੇ ਹੁਣ ਉਹ ਚੀਜ਼ਾਂ ਲੈ ਸਕਦੇ ਸੀ। ਬਹੁਤ ਸਾਰੇ ਸਾਧਨ ਸਾਡੇ ਕੋਲ ਆਉਣ ਲੱਗ ਪਏ ਸੀ, ਗਰੀਬਾਂ ਜਿਹੜੇ ਹੈਗੇ ਸੀ ਜਾਂ ਫਿਰ ਜਿਹੜੇ ਵੇਚਦੇ ਸੀ ਇਹੋ ਜਿਹਾ ਸਮਾਨ, ਉਹਨਾਂ ਨੂੰ ਵੀ ਸਮਝ ਆਉਣ ਲੱਗ ਪਈ, ਤਾਂ ਉਹਨਾਂ ਨੇ ਕਾਫੀ ਜ਼ਿਆਦਾ ਆਪਣੇ ਹੱਕ ਦੇ ਵਿੱਚ ਫੈਸਲੇ ਲਏ ਸੀ। ਉਸ ਤੋਂ ਬਾਅਦ ਆਉਂਦਾ ਉੱਤਰ ਆਧੁਨਿਕਤਾਵਾਦ, ਮੂਲ ਸੰਕਲਪ ਕੀ ਹੈਗਾ ਉੱਤਰ ਆਧੁਨਿਕਤਾ ਦਾ, ਕਿ ਇਸ ਦਾ ਚਿੰਤਨ ਹੈ ਕਿ ਸਾਰੇ ਸਮੁੱਚਤਾਵਾਦੀ ਪ੍ਰਬੰਧ ਨੂੰ ਰੱਦ ਕਰਦਾ ਹੈ ਤੇ ਇਹ ਅੰਤਿਮ ਪੱਖੀ ਸਮੁੱਚਤਾਵਾਦੀ ਵਿਆਖਿਆ ਦੀ ਉਚਿਤਤਾ ਨੂੰ ਰੱਦ ਕਰਦਾ ਹੈ, ਕਿ ਸਮੁੱਚਤਾ ਜਿਹੜੀ ਹੈਗੀ ਆ ਉਸਦੇ ਵਾਸਤੇ ਨਹੀਂ ਅਸੀਂ ਸੋਚਣਾ। ਇਸਦੇ ਵਿੱਚ ਸਭ ਤੋਂ ਪਹਿਲੀ ਪੈਰਵੀ ਅਸੀਂ ਆਪਣੇ ਆਪ ਨੂੰ ਦਿੱਤੀ ਹੈ, ਬਾਅਦ ਵਿੱਚ ਅਸੀਂ ਸਮੁੱਚੇ ਵੱਲ ਵੇਖਿਆ ਹੈ। ਉੱਤਰ ਆਧੁਨਿਕਤਾਵਾਦ ਹੈਗਾ ਇਹ, ਇਹ ਲੁਪਤ ਹਿੰਸਾ ਨੂੰ ਸਾਡੇ ਸਾਹਮਣੇ ਲਿਆਉਂਦਾ ਹੋਇਆ ਮਾਨਵ ਸ਼ਕਤੀ ਦੇ ਸਾਰੇ ਤਾਤਵਿਕ ਮਾਡਲਾਂ ਨੂੰ ਰੱਦ ਕਰਦਾ ਹੈ, ਕਿ ਜੋ ਮਨੁੱਖ ਦੇ ਅੰਦਰ ਜਿਹੜੀ ਹਿੰਸਾ ਕੇ ਕਿਹਾ ਗਿਆ ਹੈ ਕਿ ਉਸਦੀ ਜਿਹੜਾ ਜੋਸ਼ ਹੈਗਾ ਵਾ ਲੜਨ ਵਾਸਤੇ, ਉਹ ਇਸਨੇ ਸਾਡੇ ਸਾਹਮਣੇ ਲਿਆਂਦਾ ਸੀ। ਇਹ ਵੱਖਰਤਾ ਵਿਲੱਖਣਤਾ ਤੇ ਜ਼ੋਰ ਦਿੰਦਾ ਹੋਇਆ ਏਕੀਕਰਨ, ਸਮਰੂਪੀਕਰਨ ਜਾਂ ਸਮਾਨੀਕਰਨ ਨੂੰ ਕੀ ਹੈਗਾ ਵਾ ਨਕਾਰਦਾ ਹੈ। ਸੋ ਇਸਦੇ ਵਿੱਚ ਵੀ ਕੀ ਹੈਗਾ ਵਾ ਏਕੀਕਰਨ, ਏਕੀਕਰਨ ਕਦੋਂ ਆ ਜਾਂਦਾ ਹੈਗਾ ਵਾ ਜਦੋਂ 4-5 ਜਣੇ ਇਕੱਠੇ ਹੋ ਜਾਂਦੇ ਹੈਗੇ ਆ ਕਿ ਇੱਕ ਮੁੱਠੀ ਜੀ ਬਣ ਜਾਂਦੀ ਹੈ। ਸੋ ਇਸ ਚੀਜ਼ ਨੂੰ ਵੀ ਰੱਦ ਕੀਤਾ ਗਿਆ ਇਸਦੇ ਵਿੱਚ, ਕਿ ਸਮਰੂਪੀਕਰਨ ਜਾਂ ਸਮਾਨੀਕਰਨ ਇਸ ਚੀਜ਼ ਨੂੰ ਇਹ ਨਕਾਰਦਾ ਹੈ, ਕਿ ਜੋ ਕੁਝ ਕਰਨਾ ਹੈ ਤੁਸੀਂ ਆਪਣੇ ਵਾਸਤੇ ਕਰਨਾ ਹੈ, ਹੋਰ ਕਿਸੇ ਵਾਸਤੇ ਨਹੀਂ ਕਰਨਾ, ਕਿਉਂਕਿ ਜਿੰਨੇ ਚਿਰ ਅਸੀਂ ਦੂਸਰਿਆਂ ਬਾਰੇ ਸੋਚ ਸਕਦੇ ਹਾਂ ਉਨੇ ਚਿਰ ਅਸੀਂ ਆਪਣੇ ਬਾਰੇ ਕੁਝ ਨਹੀਂ ਸੋਚ ਸਕਦੇ। ਸੋ ਇਹ ਮਨੁੱਖੀ ਆਦਮ ਨੂੰ ਭਾਸ਼ਾ ਵਿੱਚ ਤੇ ਭਾਸ਼ਾ ਰਾਹੀਂ ਸੰਚਲਿਤ ਮੰਨਦਾ ਹੈ ਹੋਇਆ ਮਨੁੱਖ ਆਦਮ ਨੂੰ ਜਾਂ ਮਨੁੱਖ ਆਤਮਾ ਨੂੰ ਵੀ ਖੰਡਿਤ ਤੇ ਅਤਾਰਕਿਕ ਕਹਿੰਦਾ ਹੈ। ਇਹ ਗਿਆਨ ਇਸ ਅਨੁਸਾਰ ਕੀ ਹੈਗਾ ਵਾ ਗਿਆਨ ਸ਼ਕਤੀ ਦਾ ਪ੍ਰਤੀਕ ਹੈ, ਜੋ ਬਾਣਮੁਖੀ ਸੋਚਾਂ ਜਾਂ ਨਿਰਪੱਖ ਨਹੀਂ ਸੜੋ ਮਨੁੱਖ ਨੂੰ ਕਾੜਤ ਹੈ, ਕਿ ਇਹ ਜ਼ਿਆਦਾਤਰ ਕੀ ਹੈਗਾ ਵਾ ਗਿਆਨ ਹੈਗਾ ਵਾ ਸ਼ਕਤੀ ਦਾ ਪ੍ਰਤੀਕ ਹੈਗਾ। ਮਨੁੱਖ ਨੂੰ ਜਿੰਨਾ ਸੋਚੇਗਾ, ਜਿੰਨਾ ਉਹ ਗਿਆਨ ਪ੍ਰਾਪਤ ਕਰੇਗਾ, ਉਨਾ ਹੀ ਜ਼ਿਆਦਾ ਕੀ ਹੈਗਾ ਵਾ ਉਹ ਜ਼ਿਆਦਾ ਆਪਣੇ ਜਿਹੜੇ ਹੈਗੇ ਵਾ ਆਧੁਨਿਕਤਾ ਜਿਹੜੀ ਹੈਗੀ ਉੱਤਰ ਆਧੁਨਿਕਤਾ ਵੱਲ ਉਹ ਵਧੇਗਾ, ਉਸਦੇ ਬਾਰੇ ਸੋਚੇਗਾ, ਕਿਉਂਕਿ ਉੱਤਰ ਆਧੁਨਿਕਤਾ ਵਿੱਚ ਹੀ ਅਸੀਂ ਆਪਣੇ ਜਿਹੜੇ ਸੁਪਨੇ ਸੱਚ ਕਰ ਪਾ ਰਹੇ ਹਾਂ। ਇਹ ਏਕਤਾ ਪ੍ਰਗਤੀ ਤੇ ਰੇਖਕੀ ਵਿਕਾਸ ਦੀ ਧਾਰਨਾ ਨੂੰ ਕੀ ਕਰਦਾ ਹੈ ਰੱਦ ਕਰਦਾ ਹੈ, ਉਹੀ ਆ ਗਿਆ ਕਿ ਏਕੀਕਰਨ ਦੀ ਜਿਹੜੀ ਧਾਰਨਾ ਉਸਨੂੰ ਇਹ ਰੱਦ ਕਰਦਾ ਹੈ। ਉਸ ਤੋਂ ਬਾਅਦ ਆਉਂਦਾ ਇਹ ਸਰਵ ਵਿਆਪਕਤਾ ਦੇ ਸਥਾਨਕਤਾ ਦੀ ਵਿਲੱਖਣਤਾ ਨੂੰ ਮਹੱਤਵ ਪ੍ਰਦਾਨ ਕਰਦਾ ਹੈ। ਸਰਵ ਵਿਆਪਕ ਆਇੰਦਾ ਹੈਗਾ ਵਾ ਕਿ ਸਾਰਿਆਂ ਦੇ ਹਿੱਤ ਵਾਸਤੇ, ਇਹ ਨਹੀਂ ਗੱਲ ਕਹੀ ਹੈਗੀ ਕਿ ਇਕੱਠੇ ਹੋ ਕੇ ਤੁਸੀਂ ਵਿਕਾਸ ਨਹੀਂ ਕਰਨਾ, ਇਸਦਾ ਮਤਲਬ ਇਹ ਹੈ ਕਿ ਦੇਸ਼ ਦੇ ਵਿੱਚ ਜਿੰਨੇ ਵੀ ਲੋਕੀ ਆ ਹਰ ਇੱਕ ਦਾ ਕੀ ਹੈਗਾ ਵਾ ਉਸਨੂੰ ਅਹਿਸਾਸ ਹੋਣਾ ਚਾਹੀਦਾ ਕਿ ਹਰ ਇੱਕ ਨੂੰ ਆਪਣਾ ਅਧਿਕਾਰ ਮਿਲੇ। ਇਹ ਕੀ ਹੈ ਕੋਈ ਛੁੱਟਣਾ ਨਹੀਂ ਚਾਹੀਦਾ, ਉਹ ਗੱਲ ਵੱਖਰੀ ਹੈ ਕਿ ਗਰੁੱਪਿਜ਼ਮ ਨਹੀਂ ਹੋ ਜਾਣਾ ਚਾਹੀਦਾ ਇਸ ਦੇ ਵਿੱਚ। ਇਹ ਆਸ਼ੀਆਕ੍ਰਿਤ ਉਪ ਸਭਿਆਚਾਰਾਂ, ਸਮਾਜਾਂ ਤੇ ਦ੍ਰਿਸ਼ਟੀਆਂ ਨੂੰ ਸਮਾਨਤਾ ਉਭਾਰਨ ਦੀ ਗੱਲ ਕਰਦਾ ਹੈ। ਭਾਰੂ ਸਭਿਆਚਾਰਾਂ ਵਿਚਾਰਧਾਰਾਵਾਂ ਨੂੰ ਕਰਾਰਦਾ ਹੈ ਕਿ ਇਹ ਉਪ ਸਭਿਆਚਾਰ ਜਿਹੜੇ ਹੈਗੇ ਸੀ ਜਾਂ ਫਿਰ ਸਮਾਜ ਦੇ ਦ੍ਰਿਸ਼ਟੀਆਂ ਨੂੰ ਸਮਾਂਤਰਨ ਦੀ ਗੱਲ ਕਰਦਾ ਹੈ ਕਿ ਹਰ ਇੱਕ, ਹੁਣ ਦੇਖੋ ਅਗਰ ਅਸੀਂ ਭਾਰਤ ਦੇ ਵਿੱਚ ਰਹਿ ਰਹੇ ਹਾਂ, ਜ਼ਰੂਰੀ ਨਹੀਂ ਸਾਡਾ ਸਿਰਫ ਸਭਿਆਚਾਰ ਇੱਕ ਹੀ ਹੈਗਾ ਵਾ,
ਹਰ ਇੱਕ ਦਾ ਆਪਣਾ ਆਪਣਾ ਇੱਕ ਸੱਭਿਆਚਾਰ ਹੁੰਦਾ ਹੈਗਾ, ਜਿਹੜੇ ਵੱਖ ਵੱਖ ਕੰਟਰੀਜ਼ ਤੋਂ ਵਿੱਚ ਵੀ ਇੱਥੇ ਆਏ ਹੋਏ ਨੇ। ਹਰ ਇੱਕ ਨੇ ਇਸ ਦੇ ਵਿੱਚ ਕੀ ਹੈਗਾ ਵਾ ਉਭਾਰਨ ਦੇ ਵੱਲ ਗੱਲ ਕੀਤੀ ਹੈਗੀ ਆ ਕਿ ਹਰ ਇੱਕ ਨੂੰ ਪ੍ਰਫੁੱਲਿਤ ਹੋਣਾ ਚਾਹੀਦਾ ਹੈ। ਇਹ ਸਾਰੇ ਦਰਸ਼ਨਾਂ ਜਾਂ ਵਿਚਾਰਾਂ ਦੇ ਸਰਵਵਿਆਪੀ ਹੋਣ ਤੇ ਮੰਗ ਜ਼ਾਹਿਰ ਕਰਦਾ, ਕਿਉਂਕਿ ਇਹ ਮਨੁੱਖੀ ਭਾਸ਼ਾਈ ਘਾੜਤਾ ਹਨ। ਸਾਰੇ ਦਰਸ਼ਨ ਜਿਹੜੇ ਹੈਗੇ ਫਿਲਾਸਫੀਆਂ ਜਿਨ੍ਹਾਂ ਨੂੰ ਕਹਿ ਸਕਦੇ ਹਾਂ, ਵਿਚਾਰ ਕਿ ਜਿੰਨੀਆਂ ਵੀ ਸਾਨੂੰ ਜਿਹੜੀਆਂ ਅੱਛੇ ਤਰੀਕੇ ਦੇ ਨਾਲ ਜਿਹੜੀਆਂ ਫਿਲਾਸਫੀਆਂ ਦਿੱਤੀਆਂ ਗਈਆਂ ਵਾ, ਜਿਨ੍ਹਾਂ ਨੂੰ ਅਸੀਂ ਸਮਝ ਸਕਦੇ ਹਾਂ, ਜਿਨ੍ਹਾਂ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ ਸਕਦੇ ਹਾਂ, ਇਸਨੇ ਉਸਨੂੰ ਮਾਨਤਾ ਦਿੱਤੀ ਹੈ ਕਿ ਉਹਨਾਂ ਨੂੰ ਅਸੀਂ ਅਗਰ ਆਪਣੇ ਜੀਵਨ ਦੇ ਵਿੱਚ ਲੈ ਕੇ ਆਵਾਂਗੇ ਤਾਂ ਅਸੀਂ ਆਪਣੇ ਜੀਵਨ ਨੂੰ ਕੀ ਹੈਗਾ ਵਾ ਇੱਕ ਸੁੱਖ ਵੱਲ ਲੈ ਕੇ ਜਾ ਸਕਦੇ ਹਾਂ। ਇਹ ਰਚਨਾ ਦੀ ਥਾਂ ਕੀ ਹੈਗਾ ਵਾ ਵਿਰਚਨਾ, ਏਕਤਾ ਦੀ ਥਾਂ ਕੀ ਹੈਗੀ ਆ ਅਨੇਕਤਾ, ਤੇ ਸਮਾਨਤਾ ਦੀ ਥਾਂ ਕੀ ਹੈ ਵਿਲੱਖਣਤਾ, ਤੇ ਨਿਰਪੇਖ ਸੱਚ ਦੀ ਥਾਂ ਮਾਪੇਖ ਦੀ ਜਿਹੜੀ ਹੈਗੀ ਆ ਸੱਚ ਦੀ ਵਕਾਲਤ ਕਰਦਾ। ਹੁਣ ਉਹੀ ਆ ਜਾਂਦਾ ਹੈਗਾ ਵਾ ਕਿ ਇਹ ਇਹਨਾਂ ਚੀਜ਼ਾਂ ਨੂੰ ਸਪੋਰਟ ਕਰਦਾ ਜਿਹੜਾ ਆਧੁਨਿਕਤਾ ਦੇ ਵਿੱਚ ਹੈਗੀਆਂ ਸੀ, ਠੀਕ ਹੈ। ਉਹ ਪਰ ਇਹ ਕਿ ਉੱਥੇ ਗਲਤ ਤਰੀਕੇ ਨਾਲ ਯੂਜ਼ ਕੀਤੀਆਂ ਗਈਆਂ ਸੀ, ਇਸ ਦੇ ਹੈਗੇ ਵਾ ਅਲੱਗ ਉਹਨੇ ਇਸ ਨੂੰ ਰੂਪ ਦਿੱਤਾ ਹੈਗਾ ਵਾ ਕਿ ਰਚਨਾ ਦੀ ਥਾਂ ਹੁਣ ਵਿਰਚਨਾ ਨੂੰ ਦੱਸਿਆ ਹੈਗਾ ਵਾ, ਏਕਤਾ ਦੀ ਥਾਂ ਉਹਨੇ ਅਨੇਕਤਾ ਦੀ ਦੱਸਿਆ ਹੈਗਾ ਵਾ, ਸਮਾਨਤਾ ਦੀ ਥਾਂ ਉਹਨੇ ਵਿਲੱਖਣਤਾ ਨੂੰ ਦੇਤੀ ਹੈ। ਸੋ ਇਹ ਉਲਟ ਦੇ ਵਿੱਚ ਆਇਆ ਸੀ। ਇਹ ਕਲਾ ਦੀ ਅਸ਼ੁੱਧਤਾ ਤੇ ਹਾਈਬ੍ਰਿਡ ਸਰੂਪ ਦੀ ਗੱਲ ਕਰਦਾ ਹੈ, ਮਨੁੱਖ ਦੀ ਜਿਹੜੀ ਸ਼ੁੱਧਤਾ ਏਕਤਾ ਤੇ ਖੁਦ ਮੁਖਤਾਰਤਾ ਨੂੰ ਰੱਦ ਕਰਦਾ ਹੈ ਕਿ ਕਲਾ ਦੀ ਇਹਨੇ ਅਸ਼ੁੱਧਤਾ ਤੇ ਹਾਈਬ੍ਰਿਡ ਸਰੂਪ ਦੀ ਗੱਲ ਕਰਦਾ ਹੋਇਆ ਕਲਾ ਦੀ ਸ਼ੁੱਧਤਾ ਨੂੰ, ਠੀਕ ਹੈ, ਕਿ ਜ਼ਰੂਰੀ ਨਹੀਂ ਹਰ ਇੱਕ ਚੀਜ਼ ਜਿਹੜੀ ਹੈਗੀ ਹੈ ਸ਼ੁੱਧ ਹੀ ਹੋਵੇ। ਕਈ ਵਾਰੀ ਕੀ ਹੈਗੇ ਵਾ ਕਈ ਇਹੋ ਜਿਹੇ ਅਗਰ ਤੁਸੀਂ ਚੀਜ਼ਾਂ ਦੇਖੋ ਤਾਂ ਬਹੁਤ ਸਾਰੀਆਂ ਚੀਜ਼ਾਂ ਗਲਤ ਰੂਪ ਦੇ ਵਿੱਚ ਵੀ ਅਗਰ ਸਾਹਮਣੇ ਆਉਂਦੀਆਂ ਨੇ ਤਾਂ ਉਹ ਆਪਣਾ ਇੱਕ ਅਸਰ ਛੱਡ ਕੇ ਜਾਂਦੀਆਂ ਹੈਗੀਆਂ, ਠੀਕ ਹੈ। ਉਹ ਕੌੜੀਆਂ ਜ਼ਰੂਰ ਲੱਗਦੀਆਂ ਨੇ ਪਰ ਕੀ ਹੈਗਾ ਵਾ ਕੁਛ ਸੱਚਾਈ ਕੁਛ ਇਹੋ ਜਿਹੀਆਂ ਚੀਜ਼ਾਂ ਦੱਸ ਕੇ ਜਾਂਦੀਆਂ ਵਾ ਜਿਹੜੀ ਕਿ ਸਾਨੂੰ ਅੱਗੇ ਲਾਈਫ ਦੇ ਵਿੱਚ ਕੰਮ ਆਉਣਗੀਆਂ। ਸੋ ਇਸ ਦੇ ਵਿੱਚ ਵੀ ਇਹ ਗੱਲ ਕਹੀ ਗਈ ਹੈਗੀ ਆ ਕਿ ਇਹਨੇ ਕਲਾ ਦੀ ਜਿਹੜੀ ਹੈਗੀ ਸ਼ੁੱਧਤਾ ਏਕਤਾ ਤੇ ਖੁਦ ਮੁਖਤਾਰਤਾ ਨੂੰ ਇਸਨੂੰ ਰੱਦ ਕੀਤਾ ਹੈ ਤੇ ਇਹਨੇ ਅਸ਼ੁੱਧਤਾ ਨੂੰ ਸਵੀਕਾਰ ਕੀਤਾ ਹੈ। ਸੋ ਇਸੇ ਟੌਪਿਕ ਜਿਹੜਾ ਉੱਤਰ ਆਧੁਨਿਕਤਾ ਵਾਲਾ ਲਾਸਟ ਦਾ, ਬਾਕੀ ਜਿਹੜੇ ਹੋਣਗੇ ਅਸੀਂ ਨੈਕਸਟ ਦੇ ਵਿੱਚ ਪੜ੍ਹਦੇ ਜਾਵਾਂਗੇ। ਸੋ ਤੁਸੀਂ ਵੀਡੀਓ ਜ਼ਰੂਰ ਦੇਖੋ। ਥੈਂਕ ਯੂ।